ਵਿੱਚ 2002 ਵਿੱਚ ਇੱਕ ਪੁਲਿਸ ਨੇ ਧੱਕਾ ਕੀਤਾ ਸੀ ਹੋਸਟਲ ਵਿੱਚ ਆ ਕੇ ਨੌਜਵਾਨ ਕੁੱਟੇ ਸਨ ਉਸ ਟਾਈਮ ਮੈਂ ਇੱਕ ਭਾਰੀ ਹੜਤਾਲ ਕੀਤੀ ਸੀ ਸਾਰੇ ਵਿਦਿਆਰਥੀਆਂ ਨੇ ਬਹਿ ਕੇ ਗੱਲ ਸੁਣੀ ਸੀ ਤੇ ਸਾਰੇ ਵਿਦਿਆਰਥੀਆਂ ਦੇ ਸਾਹਮਣੇ ਗ੍ਰਿਫਤਾਰੀ ਦਿੱਤੀ ਸੀ ਪਰ ਕ੍ਰਿਸ਼ਨ ਕੁਮਾਰ ਪੈਂਥੇ ਦੇ ਕਹਿਣ ਤੇ ਇੱਕ ਥਾਣੇਦਾਰ ਸੀ ਮੇਰਾ ਮੈਨੂੰ ਉਹਦਾ ਨਾਂ ਹੁਣ ਭੁੱਲ ਗਿਆ ਉਹਨੇ ਮੇਰੇ ਤੇ ਨਜਾਇਜ਼ ਪਰਚਾ ਦਿੱਤਾ ਸੀ ਪਹਿਲਾਂ 353 ਦਾ ਕਿ ਪੁਲਿਸ ਨਾਲ ਹੱਥੋਪਾਈ ਕੀਤੀ ਹੈ ਉਸ ਤੋਂ ਬਾਅਦ ਤਿੰਨ ਪਰਚੇ ਹੋਰ ਨਜਾਇਜ਼ ਦਿੱਤੇ ਹਨ ਉਸ ਤੋਂ ਬਾਅਦ ਮੇਰੀ ਜਿਹੜੀ ਗੱਡੀ ਆ ਲੀਹੋ ਲੈ ਗਈ ਸੀ ਮੈਨੂੰ ਜੇਲ੍ਹਾਂ 'ਚ ਜਾਣਾ ਪਿਆ ਅਤੇ ਮੇਰੇ 'ਤੇ ਠੱਪਾ ਲੱਗ ਗਿਆ ਗੈਂਗਸਟਰ ਦਾ 20-25 ਪਰਚੇ ਉਸ ਤੋਂ ਬਾਅਦ ਮੇਰੇ 'ਤੇ ਹੋਏ ਅਤੇ ਮੈਂ ਲੈਣੋ ਲੈ ਗਿਆ ਜਿਹੜਾ ਆਮ ਸੁਣਿਆ ਜਾਂਦਾ ਸੀ ਪਹਿਲਾਂ ਇੱਥੇ ਤਾਊ ਗਰੁੱਪ ਉਹ ਇਸ ਤਰ੍ਹਾਂ ਹੀ ਬਣਾਇਆ ਗਿਆ ਸੀ ਜਿਵੇਂ ਜਸਵਿੰਦਰ ਸਿੰਘ ਜਾਦੂ 'ਤੇ ਬਣਾਇਆ ਜਾ ਰਿਹਾ ਅਤੇ ਅਸੀਂ ਬਿਲਕੁਲ ਵੀ ਜਸਵਿੰਦਰ ਸਿੰਘ ਜਾਦੂ ਦੇ ਉੱਤੇ ਜਿਹੜਾ ਨਜਾਇਜ਼ ਪਰਚਾ ਨਹੀਂ ਹੋਣ ਦੇਵਾਂਗੇ ਬਿਲਕੁਲ ਭਾਰੀ ਮੁਖਾਲਫਤ ਕਰਾਂਗੇ ਪੂਰਾ ਵਿਦਰੋਹ ਕਰਾਂਗੇ ਇਹ ਸਿਰਫ ਮੈਂ ਵਾਰ ਵਾਰ ਕਹਿੰਦਾ ਅੱਜ ਜਿਹੜੇ ਬੰਦੇ ਆਏ ਨੇ ਇਹ ਇੱਕ ਡਾਕ ਆਈ ਹੈ ਇਹ ਸਿਰਫ ਇੱਕ ਚਿੱਠੀ ਆਈ ਹੈ ਅਸੀਂ ਬਿਲਕੁਲ ਵੀ ਜ਼ੋਰ ਨਹੀਂ ਲਾਇਆ ਅਸੀਂ ਸਿਰਫ ਵੇਖਣ ਆਏ ਹਾਂ ਪੁੱਛਣ ਆਏ ਹਾਂ ਗੱਲਬਾਤ ਕਰਨ ਆਏ ਹਾਂ ਜੇ ਗੱਲਬਾਤ ਨਾਲ ਮਸਲਾ ਹੱਲ ਹੁੰਦਾ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਜੇ ਤੁਹਾਡੇ ਦੇ ਪਰਚੇ ਤੁਸੀਂ ਹਾਈ ਕੋਰਟ ਕੋਈ ਰਿਟ ਪਾਈ ਪੁਲਿਸ ਦੇਖ ਲਾ ਜਿਹੜਾ ਵਿਦਿਆਰਥੀ ਜੀਵਨ ਹੁੰਦਾ ਨਾ ਇਹਦੇ 'ਚ ਇੰਨਾ ਨਾ ਤਾਂ ਸੋਝੀ ਹੁੰਦੀ ਹੈ ਅਤੇ ਨਾ ਹੀ ਵਿਦਿਆਰਥੀਆਂ ਕੋਲ ਇੰਨਾ ਪੈਸਾ ਹੁੰਦਾ ਉਹਨਾਂ ਦੀਆਂ ਜ਼ਮਾਨਤਾਂ ਹੋ ਜਾਣ ਨਾ ਇੰਨੀ ਬੜਾ ਹੁੰਦਾ ਉਸ ਟਾਈਮ ਸਾਨੂੰ ਇਹਨਾਂ ਗੱਲਾਂ ਦੀ ਸੋਝੀ ਨਹੀਂ ਸੀ ਵੀ ਇਸ ਤਰ੍ਹਾਂ ਕਾਨੂੰਨੀ ਲੜਿਆ ਜਾ ਸਕਦਾ ਪਰ ਕਾਨੂੰਨੀ ਲੜਾਈ ਵਾਸਤੇ ਖੁੱਲ੍ਹਾ ਪੈਸਾ ਚਾਹੀਦਾ ਹੁੰਦਾ ਜੋ ਕਿ ਵਿਦਿਆਰਥੀ ਜੀਵਨ 'ਚ ਨਹੀਂ ਹੁੰਦਾ ਦੇਖੋ ਪ੍ਰਸ਼ਾਸਨ ਹਜੇ ਵੀ ਸੰਜੀਦਾ ਨਹੀਂ ਹੋ ਰਿਹਾ ਮਸਲੇ ਨੂੰ ਲੈ ਕੇ ਇੱਥੇ ਜਿਹੜੇ ਆਪਣੇ ਇਨਸਾਫ ਪਸੰਦ ਪੰਜਾਬੀ ਪਹੁੰਚ ਰਹੇ ਨੇ ਸਾਰਿਆਂ ਦਾ ਇਹ ਇੱਕ ਆਪਣੇ ਆਪ 'ਚ ਇੱਕ ਕਮਿਟਮੈਂਟ ਹੈ ਸਾਰਿਆਂ ਦੀ ਸਾਰੇ ਚਾਹੁੰਦੇ ਨੇ ਕਿ ਇੱਥੇ ਜੋ ਵੀ ਨੌਜਵਾਨ ਕੁੜੀ ਨਾਲ ਆਪਣਾ ਹੋਇਆ ਹੈ ਇਹ ਬੇਇਨਸਾਫੀ ਹੋਈ ਹੈ ਸਾਰਿਆਂ ਨੂੰ ਬੇਨਤੀ ਆ 306 ਦਾ ਪਰਚਾ ਵਿਦਿਆਰਥੀ ਜਾਂ ਪਰਿਵਾਰ ਦੇ ਵੱਲੋਂ ਜਿਹੜੇ ਵੀ ਮੈਂਬਰ ਆਏ ਆ ਵੀ ਸਾਰੇ ਜਣੇ ਦਰਵਾਜ਼ੇ ਉੱਪਰ ਬੈਠ ਜਾਣ ਤਾਂ ਕਿ ਆਪਾਂ ਸੁਚੱਜੇ ਢੰਗ ਦੇ ਨਾਲ ਕਿਤੇ ਜਾਣ ਇਸ ਦੇ ਬਾਰੇ ਗੱਲਬਾਤ ਰੱਖ ਸਕੀਏ ਕੰਟ੍ਰਿਬਿਊਟ ਕੀਤਾ ਜਾਵੇ ਮੁਅੱਤਲ ਕਰਕੇ ਘੱਟੋ ਘੱਟ ਕੁੜੀ ਦੀ ਆਤਮਾ ਨੂੰ ਸ਼ਾਂਤੀ ਮਿਲੇ।